ਇਲਾਕੇ ਦਾ ਮੰਨਿਆ ਪਰਮੰਨਿਆ ਗੁਰੂ ਰਾਮਦਾਸ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲਹਿਰਾ ਬੇਗਾ ਬਠਿੰਡਾ। ਸਾਲ 2018-19 ਦੌਰਾਨ ਚੱਲ ਰਹੇ ਕੋਰਸ ਬੀਟੈਕ, ਡਿਪਲੋਮਾ, ਬੀਐਸਸੀ ਐਗਰੀਕਲਚਰ, ਬੀਐਸਸੀ ਨਾਨ ਮੈਡੀਕਲ, ਬੀਬੀਏ, ਬੀਕੌਮ, ਬੀਸੀਏ, ਪੀਜੀਡੀਸੀਏ, ਐਮਐਸਸੀ ਮੈਥ, ਐਮਐਸਸੀ ਫਿਜ਼ਿਕਸ, ਐਮਐਸਸੀ ਕੈਮਿਸਟਰੀ, ਐਮਐਸਸੀ ਸੀਐਸਸੀ। ਘੱਟ ਫੀਸਾਂ, ਵਧੀਆ ਰਿਜ਼ਲਟ, ਮਿਹਨਤੀ ਅਤੇ ਤਜਰਬੇਕਾਰ ਸਟਾਫ, ਗਰੀਬ ਵਿਦਿਆਰਥੀਆਂ ਲਈ ਵਿਸ਼ੇਸ਼ ਛੋਟ। ਗੁਰੂ ਰਾਮਦਾਸ ਇੰਸਟੀਚਿਊਟ ਤੇ ਇੰਜੀਨੀਅਰਿੰਗ ਟੈਕਨੋਲੋਜੀ ਲਹਿਰਾ ਬੇਗਾ ਬਠਿੰਡਾ ਦੇ ਚੇਅਰਮੈਨ ਪ੍ਰੋਫੈਸਰ ਹਰਭਜਨ ਸਿੰਘ ਪਿਛਲੇ 35 ਸਾਲਾਂ ਤੋਂ ਵਿਦਿਅਕ ਖੇਤਰ ਵਿੱਚ ਯੋਗਦਾਨ ਦੇ ਰਹੇ ਹਨ। 2009 ਤੋਂ ਪ੍ਰੋਫੈਸਰ ਹਰਭਜਨ ਦੀ ਅਗਵਾਈ ਵਿੱਚ ਚੱਲ ਰਹੀ ਗੁਰੂ ਰਾਮਦਾਸ ਇੰਸਟੀਚਿਊਟ ਤੇ ਇੰਜੀਨੀਅਰਿੰਗ ਟੈਕਨੋਲੋਜੀ ਕਾਲਜ ਲਹਿਰਾ ਬੇਗਾ ਵਿਖੇ ਬੀਟੈਕ ਅਤੇ ਡਿਪਲੋਮਾ ਦੇ ਕੋਰਸਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਸੰਸਥਾ ਨੂੰ 7 ਹੋਰ ਨਵੇਂ ਕੋਰਸਾਂ ਦੀ ਮਾਨਤਾ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਬੀਟੈਕ, ਡਿਪਲੋਮਾ, ਬੀਐਸਸੀ ਐਗਰੀਕਲਚਰ, ਬੀਐਸਸੀ ਨਾਨ ਮੈਡੀਕਲ, ਬੀਬੀਏ, ਬੀਕੌਮ, ਬੀਸੀਏ, ਪੀਜੀਡੀਸੀਏ, ਐਮਐਸਸੀ ਮੈਥ, ਐਮਐਸਸੀ ਫਿਜ਼ਿਕਸ, ਐਮਐਸਸੀ ਕੈਮਿਸਟਰੀ, ਐਮਐਸਸੀ ਸੀਐਸਸੀ ਮੌਜੂਦ ਹਨ। ਚੇਅਰਮੈਨ ਹਰਭਜਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰਸਾਂ ਲਈ ਦਾਖਲੇ ਸ਼ੁਰੂ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਹੁਣ ਦੂਰ ਕਿਸੇ ਹੋਰ ਸ਼ਹਿਰ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਕੋਰਸ ਕਾਲਜ ਵਿਖੇ ਅਨੁਭਵੀ ਸਟਾਫ ਵੱਲੋਂ ਕਰਵਾਏ ਜਾਣਗੇ। ਕਾਲਜ ਦੇ ਵਾਈਸ ਚੇਅਰਮੈਨ ਛਿੰਦਰਪਾਲ ਨੇ ਦੱਸਿਆ ਕਿ ਕਾਲਜ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਉੱਚ ਪੱਧਰੀ ਵਿੱਦਿਆ ਹਾਸਲ ਕਰਵਾਉਣਾ ਅਤੇ ਚੰਗੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣਾ ਹੈ। 2018-2019 ਦੇ ਵਾਸਤੇ ਅਸੀਂ ਕੁਛ ਨਵੇਂ ਕੋਰਸ ਲਿਆਂਦੇ ਹੈ, ਜਿਸ ਤਰ੍ਹਾਂ BCA, BBA, BSC ਨੋਨ ਮੈਡੀਕਲ, BSC ਐਗਰੀਕਲਚਰ, BCOM, MSC ਮੈਥ, MSC ਫਿਜ਼ਿਕਸ, MSC ਕੈਮਿਸਟਰੀ, MSC ਕੰਪਿਊਟਰ ਸਾਇੰਸ, PGDC ਅਤੇ ਕੁਛ ਸਕਿੱਲ ਡਿਵੈਲਪਮੈਂਟ ਕੋਰਸਿਸ ਹੈ, ਜਿਸ ਤਰ੍ਹਾਂ ਲੇਥ ਮਸ਼ੀਨ, ਕੰਪਿਊਟਰ ਮੈਂਟੇਨੈਂਸ, ਹਾਰਡਵੇਅਰ ਨੈਟਵਰਕਿੰਗ, ਫੰਕਸ਼ਨਲ ਇੰਗਲਿਸ਼, ਇਸ ਤਰ੍ਹਾਂ ਦੇ ਕੋਰਸ ਲਿਆਂਦੇ ਗਏ ਹੈ, ਜਿਹੜੇ ਕਿ ਕਾਫੀ ਘੱਟ ਖਰਚੇ ਦੇ ਵਿੱਚ ਕਰਵਾਏ ਜਾਣਗੇ ਅਤੇ ਵਧੀਆ ਸਟਾਫ ਪ੍ਰੋਵਾਈਡ ਕੀਤਾ ਜਾਊਗਾ, ਜਿਹਨਾਂ ਇਸ ਏਰੀਏ ਨੂੰ ਬਹੁਤ ਫਾਇਦਾ ਹੋਊਗਾ, ਅਤੇ ਨਾਲ ਹੀ ਬੱਸ ਸਰਵਿਸ ਵਗੈਰਾ ਹਰੇਕ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਊਗੀ। ਸਾਲ 2018-19 ਦੌਰਾਨ ਚੱਲ ਰਹੇ ਕੋਰਸ ਬੀਟੈਕ, ਡਿਪਲੋਮਾ, ਬੀਐਸਸੀ ਐਗਰੀਕਲਚਰ, ਬੀਐਸਸੀ ਨਾਨ ਮੈਡੀਕਲ, ਬੀਬੀਏ, ਬੀਕੌਮ, ਬੀਸੀਏ, ਪੀਜੀਡੀਸੀਏ, ਐਮਐਸਸੀ ਮੈਥ, ਐਮਐਸਸੀ ਫਿਜ਼ਿਕਸ, ਐਮਐਸਸੀ ਕੈਮਿਸਟਰੀ, ਐਮਐਸਸੀ ਸੀਐਸਸੀ। ਘੱਟ ਫੀਸਾਂ, ਵਧੀਆ ਰਿਜ਼ਲਟ, ਮਿਹਨਤੀ ਅਤੇ ਤਜਰਬੇਕਾਰ ਸਟਾਫ, ਗਰੀਬ ਵਿਦਿਆਰਥੀਆਂ ਲਈ ਵਿਸ਼ੇਸ਼ ਛੋਟ। ਰਾਮਪੁਰਾ ਫੂਲ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।